पठानकोट के पिंड मनवाल च लंघे दिनी हुए डबल मर्डर के मामले में पुलिस के हाथ वड्डे सुराग लगे हैं। इस सारे मामले संबंधी पठानकोट के SSP हरकमलप्रीत सिंह ने अज वड्डे खुलासे किए हैं। उन्होंने दसा कि मृतक जोड़े के घर के नौकर के उपर ही शक की सूई जा रही है, जिसके तहत ही पुलिस वालों इसकी जाँच जारी है। उन्होंने होर की कुछ दसिया है, आओ देखते हाँ। ਇੰਨਾ ਬਰੂਚਲ ਮਰਡਰ ਸੀਗਾ ਕਾਫੀ ਉੱਥੇ ਖੂਨ ਹੋਣ ਕਰਕੇ ਉਹਦੇ ਜਿਹੜੇ ਕ੍ਰਿਮੀਨਲ ਦੇ ਜਿਹੜੇ ਫੁੱਟਪ੍ਰਿੰਟ ਸੀਗੇ ਉੱਥੇ ਸਾਨੂੰ ਉਹ ਮਿਲੇ ਕਾਫੀ ਜਦੋਂ 2-3 ਘੰਟੇ ਸੀਨ ਆਫ ਕ੍ਰਾਈਮ ਤੇ ਲੱਗੇ ਤਾਂ ਉਹ ਫੁੱਟਪ੍ਰਿੰਟ ਉੱਥੋਂ ਮਿਲ ਗਏ। ਫਿਰ 2-3 ਘੰਟਿਆਂ ਬਾਅਦ ਇੱਕ ਗੱਲ ਹੋਰ ਨੋਟਿਸ 'ਚ ਆਈ ਵੀ ਜਿਹੜੀ ਉਹ ਬੰਦੇ ਦੀ ਮਰਨ ਵਾਲੇ ਦੀ ਜਿਹੜੀ ਸਕੂਟਰ ਸੀਗਾ, ਸਕੂਟੀ ਕਹਿ ਦਿੰਦੇ ਆ, ਐਕਟਿਵਾ ਬਲੈਕ ਕਲਰ ਦੀ, ਉਹ ਵੀ ਮਿਸਿੰਗ ਸੀਗੀ। ਦੈਨ ਉਹਨਾਂ ਦਾ ਇੱਕ ਨੌਕਰ ਡੋਮੈਸਟਿਕ ਹੈਲਪ ਰੱਖੀ ਸੀ, ਬਲਵਿੰਦਰ ਸਿੰਘ ਸੀਗਾ ਉਹਦਾ ਨਾਂ, ਏਲੀਅਸ ਕਾਲੂ, ਬਲਵਿੰਦਰ ਸਿੰਘ ਏਲੀਅਸ ਕਾਲੂ। ਇਹ ਮਹੀਨਾ ਕੁ ਪਹਿਲਾਂ ਹੀ ਇਹਨਾਂ ਨੇ, ਲੋਕਲ ਬੰਦਾ ਸੀਗਾ ਇੱਥੇ ਮਨਵਾਲ ਦਾ, ਇਹ ਇਹਨਾਂ ਨੇ ਆਪਣੇ ਘਰ ਰੱਖਿਆ ਸੀਗਾ। ਆਪਣੀ ਚੱਕੀ ਦਾ ਕੰਮ ਕਰਦੇ ਸੀ, ਆਟਾ ਜਿਹੜੀ ਪੀਸਣ ਵਾਲੀ ਚੱਕੀ ਆ ਉਹਦਾ ਇਹਨਾਂ ਦਾ ਕੰਮ ਸੀ, ਓਪੋਜ਼ਿਟ ਆਪਣੇ ਘਰ ਦੇ ਬਾਹਰ ਹੀ। ਅਤੇ ਉਹਦੇ ਨਾਲ ਇਹਨਾਂ ਦਾ ਹੁਣ ਤਨਖਾਹ ਦੇਣ ਦੇ ਟਾਈਮ ਤੋਂ ਕੋਈ ਡਿਸਪਿਊਟ ਚੱਲ ਰਿਹਾ ਸੀ ਵੀ ਉਹ ਆਪਣੀ ਤਨਖਾਹ ਮਹੀਨੇ ਦੀ ਪੇ ਮੰਗ ਰਿਹਾ ਸੀਗਾ, ਔਰ ਇਹਨਾਂ ਦਾ ਕੋਈ ਪੇ ਦੇ ਰਿਗਾਰਡਿੰਗ ਵੀ ਇਹ ਕਹਿ ਰਹੇ ਸੀ ਤੇਰੀ ਇੰਨੀ ਬਣਦੀ ਆ, ਉਹ ਕਹਿ ਰਿਹਾ ਸੀ ਮੇਰੀ ਇੰਨੀ ਬਣਦੀ ਆ, ਥੋੜ੍ਹਾ ਜਿਹਾ ਇਹਨਾਂ ਦਾ ਕੋਈ ਚੱਲ ਰਿਹਾ ਸੀਗਾ। ਉਹ ਬੰਦਾ ਵੀ ਗਾਇਬ ਪਾਇਆ ਗਿਆ। ਉਹਦੇ ਘਰ ਜਾ ਕੇ ਪਤਾ ਕੀਤਾ ਗਿਆ ਵੀ ਉਹ ਘਰ ਵੀ ਨਹੀਂ ਪਹੁੰਚਿਆ ਸੀਗਾ। ਉੱਥੋਂ ਜਿਹੜੀ ਸ਼ੱਕ ਦੀ ਸੂਈ ਹੈਗੀ ਆ ਉਹ ਨੌਕਰ ਵਾਲੇ ਪਾਸੇ ਨੂੰ ਚਲੇ ਗਏ। ਫਿਰ ਅਸੀਂ ਇਹਦੀ ਜਿਹੜੀ CCTV ਟ੍ਰੇਲ ਹੈਗੀ ਆ ਉਹ ਸ਼ਹਿਰ ਦੇ ਵਿੱਚ ਸਾਰੀ ਚੈੱਕ ਕੀਤੀ। ਅਸੀਂ ਆਪਣੇ ਵੀ ਕਾਫੀ ਕੈਮਰਾਜ਼ ਲਗਾਏ ਹੋਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ, ਅਤੇ ਉਹ ਸਾਰੀ ਚੈਕਿੰਗ ਕਰਨ ਤੋਂ ਬਾਅਦ ਸ਼ਹਿਰ ਦੇ ਵਿੱਚ ਡਿਵੀਜ਼ਨ ਨੰਬਰ 1 ਦੇ ਏਰੀਏ ਦੇ ਵਿੱਚ ਸਾਨੂੰ ਕਾਲੇ ਰੰਗ ਦਾ ਸਕੂਟਰ ਬਰਾਮਦ ਹੋ ਗਿਆ। ਉਹਦੀ CCTV ਫੁਟੇਜ ਤੋਂ ਚੈੱਕ ਕੀਤਾ ਤਾਂ ਉਹੀ ਬੰਦਾ ਜਿਹੜਾ ਹੈਗਾ ਉਹ ਇੱਕ ਜਗ੍ਹਾ 'ਤੇ ਖੜ੍ਹਾ ਕਰਕੇ ਉੱਥੋਂ ਚਲਿਆ ਜਾਂਦਾ। ਉਹ ਤੋਂ ਅੱਗੇ ਦੀ ਜਿਹੜੀ ਉਹਦੇ ਕੱਪੜੇ ਸੀਗੇ ਜਿਹੜੇ ਉਹਨੇ ਪਾਏ ਸੀਗੇ, ਉਹ ਕੱਪੜੇ ਮਰਨ ਵਾਲੇ ਦੇ ਹੀ ਕੱਪੜੇ ਸੀਗੇ। ਮਤਲਬ ਕਿ ਜਿੱਦਾਂ ਬੰਦਾ ਕੋਈ ਕ੍ਰਾਈਮ ਕਰਦਾ ਆ, ਕੋਈ ਬਲੱਡ ਸਟੇਨ ਤੁਹਾਡੇ ਕੱਪੜਿਆਂ 'ਤੇ ਆ ਜਾਂਦੇ ਆ, ਉਹਨਾਂ ਨੂੰ ਛੁਪਾਉਣ ਲਈ ਬੰਦਾ ਕੱਪੜੇ ਚੇਂਜ ਕਰਦਾ, ਬਟ ਉਹ ਉਸੇ ਬੰਦੇ ਦੇ ਕੱਪੜੇ ਸੀ ਜਿਨ੍ਹਾਂ ਦਾ ਕਤਲ ਹੋਇਆ। ਇੱਥੋਂ ਹੋਰ ਵੀ ਜ਼ਿਆਦਾ ਜਿਹੜਾ ਸ਼ੱਕ ਹੈਗਾ ਆ ਉਹ ਸਾਡਾ ਉਹ ਸਾਬਤ ਹੋ ਗਿਆ ਵੀ ਇਹ ਬੰਦਾ ਨਹੀਂ ਇਹ ਕੰਮ ਕੀਤਾ ਹੋਣਾ। ਫਿਰ ਉਹਦੀ ਜਿਹੜੀ ਆ ਆਪਾਂ ਸਕੂਟਰ ਦੀ ਚੈਕਿੰਗ ਕੀਤੀ ਅਤੇ ਉਹਦੇ ਵਿੱਚੋਂ ਉਹ ਵਾਲੇ ਬਲੱਡ ਸਟੇਨ ਵਾਲੇ ਕੱਪੜੇ ਵੀ ਮਿਲ ਗਏ ਜਿੱਥੋਂ ਜਿਹੜੇ ਕਿ ਜਿਨ੍ਹਾਂ 'ਤੇ ਬਲੱਡ ਲੱਗਾ ਹੋਇਆ। ਅਸੀਂ ਸਾਰੀ ਸਾਇੰਟੀਫਿਕਲੀ ਤਫਤੀਸ਼ ਕਰ ਰਹੇ ਹਾਂ। ਜਿਹੜਾ ਕੇਸ ਹੈਗਾ ਆ ਹੁਣ ਤੱਕ ਉਹ ਬਲਵਿੰਦਰ ਸਿੰਘ ਨੇ ਹੀ ਕਤਲ ਕੀਤਾ ਲੱਗਦਾ, ਜਿਹੜਾ ਉਹਨਾਂ ਦਾ ਨੌਕਰ ਸੀਗਾ, ਜਿਹੜਾ ਉਹਨਾਂ ਦਾ ਕੰਮ ਕਰਿੰਦਾ ਸੀਗਾ। ਉਹਦੇ ਭਾਲ ਲਈ ਅਸੀਂ ਡਿਫਰੈਂਟ 5-6 ਪੁਲਿਸ ਪਾਰਟੀਆਂ ਬਣਾਈਆਂ ਹੋਈਆਂ। ਅਸੀਂ ਜਿਹੜੀ CCTV ਦੀ ਅਗਲੀ ਟ੍ਰੇਲ ਹੈਗੀ ਆ ਉਹਨੂੰ ਵੀ ਚੈੱਕ ਕਰ ਰਹੇ ਹਾਂ, ਔਰ ਉਮੀਦ ਹੈਗਾ ਵੀ ਅਸੀਂ ਬਹੁਤ ਜਲਦੀ ਜਿਹੜਾ ਉਹਨੂੰ ਫੜ ਕੇ ਅਤੇ ਸਾਰਾ ਜਿਹੜਾ ਬਾਕੀ ਰਹਿੰਦੀ ਤਫਤੀਸ਼ ਆ ਉਹ ਮੁਕੰਮਲ ਕਰ। ਇਹਦੇ ਉੱਪਰ ਤਫਤੀਸ਼ ਚੱਲ ਰਹੀ ਆ, ਉਹ ਲੋਕਲ ਬੰਦਾ ਹੈਗਾ ਮੰਗਵਾਲ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ, ਉਹਦੇ ਬਾਕੀ ਜਿਹੜੀ ਫੈਮਿਲੀ ਉਹਨਾਂ ਤੋਂ ਵੀ ਪੁੱਛ ਪੜਤਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜਾ ਇਹ ਕੱਪੜੇ ਮਿਲੇ ਹੈਗੇ ਆ ਇਹਨਾਂ ਦੀ ਤਸਦੀਕ ਵੀ ਅਸੀਂ ਜਿਹੜੀ ਮਦਈ ਆ ਜਿਹੜੇ ਸਾਡੇ ਡਿਜ਼ੀਜ਼ਡ ਹੈਗੇ ਆ ਉਹਨਾਂ ਦੀ ਬੇਟੀ ਤੋਂ ਕਰਵਾਈ ਆ, ਜਿਹਨੇ ਸਾਨੂੰ ਦੱਸਿਆ ਵੀ ਮੇਰੇ ਫਾਦਰ ਦੀ ਇਹ ਕੱਪੜੇ ਹੈਗੇ ਆ। ਅਤੇ ਸਾਰਾ ਜਿਹੜੀ ਇਨਵੈਸਟੀਗੇਸ਼ਨ ਸਾਇੰਟੀਫਿਕਲੀ ਤਰੀਕੇ ਨਾਲ ਕੀਤੀ ਜਾ ਰਹੀ ਹੈ, ਔਰ ਬੜੀ ਜਲਦੀ ਅਸੀਂ ਇਹਨੂੰ ਫੜ ਕੇ ਅਤੇ ਅਰੈਸਟ ਕਰਾਂਗੇ। ਕੀ ਲੱਗਦਾ ਸਰ ਜੇ ਇਕੱਲਾ ਹੀ ਇਨਵੋਲਵ ਹੈ ਜਾਂ ਕੋਈ ਇਹਦੇ ਨਾਲ ਹੋਰ ਵੀ? ਇਹ ਤਾਂ ਮੈਂ ਹੁਣ ਇਸ ਟਾਈਮ 'ਤੇ ਨਹੀਂ ਕਹਿ ਸਕਦਾ ਜੀ, ਫਿਲਹਾਲ ਤਾਂ ਜੋ ਸਾਡੇ ਸਾਹਮਣੇ ਆ ਰਿਹਾ ਉਹ ਤਾਂ ਇੱਕੋ ਬੰਦੇ ਦਾ ਰੋਲ ਪਤਾ ਲੱਗ ਰਿਹਾ, ਬਾਕੀ ਦੀ ਅਰੈਸਟ ਹੋਣ ਤੋਂ ਬਾਅਦ ਬਾਕੀ ਪਤਾ ਲੱਗੇਗਾ। ਪਠਾਨਕੋਟ ਤੋਂ ਕਮਲ ਰੰਧਾਵਾ ਦੀ ਰਿਪੋਰਟ, ਪੰਜਾਬ ਟੁਡੇ।